ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਆ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਕਿਸਾਨ ਵੀਰੋ, ਜਿਹੜੀ ਤੁਹਾਡੇ ਨਾਲ ਗੱਲਬਾਤ ਕਰਨੀ ਹੈਗੀ ਹੈ ਕਿ ਕਈ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਸੀਗੇ ਕਿ ਮੈਟਰੀਬਿਊਸ਼ਨ ਜਿਹੜਾ ਟੈਕਨੀਕਲ ਹੈ, ਕਿਉਂਕਿ ਕਿਸਾਨ ਵੀਰ ਆ ਜਿਹੜੇ ਬ੍ਰੈਂਡ ਨੇਮ ਦੇ ਨਾਂ 'ਤੇ ਜ਼ਿਆਦਾ ਜਾਣਦੇ ਹੁੰਦੇ ਕਿ ਸਿਨਕੌਰ ਦਵਾਈ ਆਪਾਂ ਕਿੰਨੀ ਪਾ ਸਕਦੇ ਹਾਂ, ਕਣਕ ਦੇ ਵਿੱਚ ਕਦੋਂ ਪਾ ਸਕਦੇ ਹਾਂ ਅਤੇ ਕਿਸ ਤਰ੍ਹਾਂ ਪਾ ਸਕਦੇ ਹਾਂ। ਸੋ ਉਹਦੇ ਬਾਰੇ ਆਪਾਂ ਜਿਹੜੀ ਜਾਣਕਾਰੀ ਤੁਹਾਡੇ ਨਾਲ ਇਸ ਵੀਡੀਓ 'ਚ ਸਾਂਝੀ ਕਰਾਂਗੇ। ਜਿਹੜੇ ਨਵੇਂ ਕਿਸਾਨ ਵੀਰ ਜੁੜੇ ਆ, ਉਹਨਾਂ ਨੂੰ ਬੇਨਤੀ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਵਾਲਾ ਬਟਨ ਦੱਬ ਲਓ। ਕਿਰਪਾ ਕਰਕੇ ਵੀਡੀਓ ਪੂਰੀ ਸੁਣ ਲਿਓ ਅਤੇ ਲਾਈਕ ਅਤੇ ਸ਼ੇਅਰ ਹੋਰ ਕਿਸਾਨ ਵੀਰਾਂ ਤੱਕ ਜਿਹੜੀ ਹੈਗੀ ਜ਼ਰੂਰ ਪਹੁੰਚਾ ਦਿਆ ਕਰੋ ਵੀਡੀਓ, ਤਾਂ ਕਿ ਜਿਹੜੇ ਕਿਸਾਨ ਵੀਰ ਆ ਸਮੇਂ ਸਿਰ ਜਿਹੜੀ ਸਹੀ ਜਾਣਕਾਰੀ ਲੈ ਕੇ ਅਤੇ ਸਹੀ ਜਿਹੜਾ ਹੈਗਾ ਆਪਣੇ ਕਾਰਵਾਈ ਫਸਲ ਦੇ ਵਿੱਚ ਕਰ ਸਕਣ। ਸੋ ਜਿਹੜਾ ਗੁੱਲੀ ਡੰਡਾ ਅਤੇ ਚੌੜੇ ਪੱਤੇ ਵਾਲੇ ਨਦੀਨ ਆ ਕਿਸਾਨ ਵੀਰੋ, ਉਹ ਕਣਕ ਦੇ ਵਿੱਚ ਕਾਫੀ ਸਮੱਸਿਆ ਉਹਨਾਂ ਦਾ ਨਾਲ ਹੁੰਦੀ ਹੈਗੀ ਹੈ ਅਤੇ ਇਸ ਵਾਰ ਵੀ ਜਿਵੇਂ ਹੁਣ ਸਿਲ ਵੱਤਣ ਸੀਗੀ ਜ਼ਮੀਨਾਂ ਦੇ ਵਿੱਚ, ਗਿੱਲ ਜ਼ਿਆਦਾ ਸੀ, ਮੈਂ ਪਿਛਲੀ ਵੀਡੀਓ 'ਚ ਵੀ ਤੁਹਾਨੂੰ ਦੱਸਿਆ ਸੀ, ਉਹਦੇ ਨਾਲ ਜਿਹੜਾ ਗੁੱਲੀ ਡੰਡੇ ਦੀ ਸਮੱਸਿਆ ਕਾਫੀ ਕ੍ਰੀਏਟ ਹੋ ਰਹੀ ਹੈ। ਅਤੇ ਗੁੱਲੀ ਡੰਡੇ ਦੇ ਵਿੱਚ ਪ੍ਰੀ ਮਾਰਜੈਂਸ ਅਤੇ ਪੋਸਟ ਮਾਰਜੈਂਸ, ਮਤਲਬ ਕਿ ਆਪਾਂ ਜਦੋਂ ਬਿਜਾਈ ਕਰਨ ਸਾਰ ਨਦੀਨਾਂ ਦਾ ਖਾਤਮਾ ਕਰ ਸਕਦੇ ਹਾਂ 2 ਦਿਨ ਦੇ ਅੰਦਰ ਅੰਦਰ। ਉਹ ਉਹਨਾਂ ਬਾਰੇ ਮੈਂ ਪਹਿਲਾਂ ਵੀਡੀਓ ਪਾਈ ਸੀ ਜਿਨ੍ਹਾਂ ਦੇ ਵਿੱਚ ਪੈਂਡੀ ਮੈਥਲਿਨ ਸੀ, ਚੈਪਲੇਟ ਫਾਰਮ ਸੀ, ਅਵਕੀਰਾ ਜਿਹੜਾ ਟੈਕਨੀਕਲ ਆਏ ਸੀਗੇ ਨਵੇਂ। ਪੋਸਟ ਮਾਰਜੈਂਸ ਦੇ ਵਿੱਚ ਜਿਹੜੀ ਇਹ ਕਿਸਾਨ ਵੀਰ ਸਿਨਕੌਰ ਦੇ ਨਾਂ 'ਤੇ ਜਾਣਦੇ ਕਿਸਾਨ ਵੀਰ, ਉਹ ਅਸਲ 'ਚ ਇਹ ਹੁੰਦੀ ਹੈ ਮੈਟਰੀਬਿਊਜ਼ਨ 70%, ਜਿਹੜਾ ਕਿ ਪ੍ਰੀ ਅਤੇ ਪੋਸਟ ਦੋਨਾਂ ਤਰ੍ਹਾਂ 'ਚ ਹੀ ਕੰਮ ਕਰਦਾ। ਮਤਲਬ ਕਿ ਆਪਾਂ ਬਿਜਾਈ ਕਰਨ ਸਾਰ ਨਦੀਨ ਉੱਗਣ ਤੋਂ ਪਹਿਲਾਂ ਵੀ ਇਹਦੀ ਵਰਤੋਂ ਕਰ ਸਕਦੇ ਹਾਂ, ਅਤੇ ਅਰਲੀ ਪੋਸਟ ਮਾਰਜੈਂਸ ਮਤਲਬ ਕਿ ਨਦੀਨ ਉੱਗਣ ਤੋਂ ਬਾਅਦ ਜਦੋਂ ਹੈਗਾ ਗੁੱਲੀ ਡੰਡਾ ਜਾਂ ਚੌੜੇ ਪੱਤੇ ਵਾਲੇ ਨਦੀਨ ਹੈ, ਦੋਨਾਂ ਦਾ ਹੀ ਖਾਤਮਾ ਕਰਦਾ। ਇਹ ਤੁਹਾਨੂੰ ਇਹ ਵੀ ਗੱਲ ਕਲੀਅਰ ਕਰ ਦਾਂਗੇ, ਮੈਟਰੀਬਿਊਜ਼ਨ ਅਤੇ ਸਲਫੋਸਲਫੀਰੋਨ ਮਤਲਬ ਕਿ ਲੀਡਰ, ਇਹ ਜਿਹੜੇ ਹੈਗੇ ਆ ਘਾਹ ਵਾਲੇ ਅਤੇ ਚੌੜੇ ਪੱਤੇ ਵਾਲੇ ਦੋਨਾਂ ਨਦੀਨਾਂ ਦਾ ਇਹ ਜਿਹੜੇ ਨਦੀਨਾਸ਼ਕ ਆ ਖਾਤਮਾ ਕਰਦੇ ਕਿਸਾਨ ਵੀਰੋ, ਸਿਨਕੌਰ ਅਤੇ ਜਿਹੜਾ ਹੈਗਾ ਲੀਡਰ। ਸਿਨਕੌਰ 'ਚ ਮੈਟਰੀਬਿਊਜ਼ਨ ਟੈਕਨੀਕਲ ਹੁੰਦਾ, ਕਿਉਂਕਿ ਮੈਟਰੀਬਿਊਜ਼ਨ ਵਾਲੇ ਟੈਕਨੀਕਲ ਕਈ ਜਿਹੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਸਿਫਾਰਸ਼ ਕੀਤੇ ਗਏ, ਜਿਹੜੇ ਮਿਕਸ ਕਰਕੇ ਆ, ਜਿਨ੍ਹਾਂ ਦੇ ਵਿੱਚ ਅਕੋਰਡ ਪਲੱਸ ਹੈ ਜਿਹਦੇ ਵਿੱਚ ਫਨੋਕਸਾ ਪ੍ਰੋਪ ਅਤੇ ਮੈਟਰੀਬਿਊਜ਼ਨ ਹੁੰਦੇ ਆ। ਫਨੋਕਸਾ ਪ੍ਰੋਪ ਕਿਸਾਨ ਵੀਰ ਜਿਹੜੇ ਜਿਹਨੂੰ ਪਿਊਮਾ ਪਾਵਰ ਦੇ ਜਾਂ ਪਿਊਮਾ ਸੁਪਰ ਦੇ ਨਾਂ 'ਤੇ ਜਾਣਦੇ ਹੈਗੇ ਆ, ਅਤੇ ਜਿਵੇਂ ਸ਼ਗਨ 1111 ਇਹ ਕਲਡੀਨਾ ਫੋਰ ਪਲੱਸ ਮੈਟਰੀਬਿਊਜ਼ਨ ਹੁੰਦਾ, ਜਿਹੜੀ ਅਕੋਰਡ ਪਲੱਸ ਹੈ ਕਿਸਾਨ ਵੀਰੋ ਜਾਂ ਸ਼ਗਨ ਹੈ ਜਾਂ ACM9 ਹੈ, ਜਿਹੜਾ ਸ਼ਗਨ 1111 ਦੇ ਵਿੱਚ ਕਿਸਾਨ ਵੀਰੋ ਜਿਹੜੇ ਹੈਗੇ ਆ ਕਲਡੀਨਾ ਫੋਰ ਪਲੱਸ ਜਿਹੜਾ ਮੈਟਰੀਬਿਊਜ਼ਨ ਹੁੰਦਾ ਇਹ 200 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਵਰਤ ਸਕਦੇ ਹਾਂ। ਅਕੋਰਡ ਪਲੱਸ ਆ ਜਿਹੜੀ 1.5 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ, ਅਕੋਰਡ ਪਲੱਸ ਅਤੇ ਸ਼ਗਨ ਆ ਜਿਹੜੀ ਆਪਾਂ 550 ਜਿੱਥੇ ਆਪਾਂ ਵਰਾਇਟੀ ਬੀਜੀ ਹੈ, ਚਾਹੇ ਉੱਨਤ 550 ਹੋਵੇ ਉੱਥੇ ਆਪਾਂ ਸਪਰੇ ਨਹੀਂ ਕਰਨੀ ਇਹਦੀ, ਅਤੇ ਜਿੱਥੇ ਆਪਾਂ ਨੂੰ ਜਿਹੜਾ ਹੈਗਾ ਪਿਛਲੇ ਸਾਲ ਆਪਾਂ ਹੋਰ ਗਰੁੱਪ ਕੀਤਾ ਸੀ ਉੱਥੇ ਆਪਾਂ ਜਿਹੜਾ ਹੈਗਾ ਕੋਰਡ ਪਲੱਸ ਸ਼ਗਨ ਜਿਹੜਾ ਹੈ ਇਹ ਬਿਜਾਈ ਤੋਂ 30 ਤੋਂ 35 ਦਿਨ ਦੇ ਅੰਦਰ ਅੰਦਰ ਆਪਾਂ ਜਿਹੜੀ ਸਪਰੇਅ ਕਰਨੀ ਹੈ। ਗੁੱਲੀ ਡੰਡਾ ਬਹੁਤਾ ਵੱਡਾ ਨਾ ਹੋਇਆ ਹੋਵੇ, 3-4 ਪੱਤਿਆਂ ਦੀ ਸਟੇਜ 'ਤੇ ਹੋਵੇ, ਉਦੋਂ ਆਪਾਂ ਇਹ ਵਰਤ ਸਕਦੇ ਹਾਂ। ਇਸੇ ਤਰ੍ਹਾਂ ਜਿਹੜਾ ਮੈਟਰੀਬਿਊਜ਼ਨ ਟੈਕਨੀਕਲ ਹੈ ACM9 ਜਿਹੜੇ ਨਵਾਂ ਟੈਕਨੀਕਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਵਾਰ ਜਿਹੜੀ ਹੈਗੀ ਨਵੀਂ ਸਿਫਾਰਸ਼ ਦਿੱਤੀ ਹੈਗੀ, ਜਿਹਦੇ ਵਿੱਚ ਕਲਡੀਨਾ ਫੋਪ ਮਤਲਬ ਟੋਪਿਕ 'ਤੇ ਮੈਟਰੀਬਿਊਜ਼ਨ ਹੁੰਦਾ, ਕਿਉਂਕਿ ਜਿਹੜਾ ਟੋਪਿਕ ਹੈ ਅਤੇ ਜਿਹੜੀ ਹੈਗੀ ਪਿਊਮਾ ਸੁਪਰ ਅਤੇ ਪਿਊਮਾ ਪਾਵਰ ਹੈ, ਇਹ ਸਿਰਫ ਘਾਹ ਵਾਲੇ ਨਦੀਨਾਂ ਦਾ ਖਾਤਮਾ ਕਰਦੇ, ਜਿਹ 'ਚ ਗੁੱਲੀ ਡੰਡਾ ਮੁੱਖ ਹੈ। ਜਿਹੜਾ ਲੀਡਰ ਹੈ ਅਤੇ ਸਿਨਕੌਰ ਹੈ, ਇਹ ਜਿਹੜਾ ਘਾਹ ਵਾਲੇ ਅਤੇ ਚੌੜੇ ਪੱਤੇ ਵਾਲੇ ਦੋਨਾਂ ਨਦੀਨਾਂ ਦਾ ਖਾਤਮਾ ਕਰਦੇ। ਇਸ ਤਰ੍ਹਾਂ ਜਿਹੜੇ ਹੈਗੇ ਇਹਨਾਂ ਦੇ ਵਿੱਚ ਤਾਂ ਹੀ ਕਰਕੇ ਇੱਕ ਟੈਕਨੀਕਲ ਪਿਊਮਾ ਦਾ ਅਤੇ ਇੱਕ ਜਿਹੜਾ ਹੈਗਾ ਮੈਟਰੀਬਿਊਜ਼ਨ ਆ ਜਿਹੜਾ ਸਿਨਕੌਰ ਵਾਲਾ ਇਹਨਾਂ ਦੇ ਵਿੱਚ ਪਾਇਆ ਹੋਇਆ, ਜਾਂ ਜਿਹੜਾ ਟੋਪਿਕ ਵਾਲਾ ਅਤੇ ਸਿਨਕੌਰ ਵਾਲਾ। ਸੋ ਇਹਨਾਂ ਦੀ ਆਪਾਂ ਵਰਤੋਂ ਵੀ ਕਿਸਾਨ ਵੀਰੋ ਕਰ ਸਕਦੇ ਹਾਂ। ਜੇ ਆਪਾਂ ਗੱਲ ਕਰੀਏ ਜਿਹੜੀ ਸਿਨਕੌਰ ਦਵਾਈ ਆ, ਉਹ ਕਿਸਾਨ ਵੀਰ ਪੁੱਛਦੇ ਸੀਗੇ ਕਦੋਂ ਆਪਾਂ ਇਹਨੂੰ ਅਰਲੀ ਪੋਸਟ ਐਮਰਜੈਂਸ ਮਤਲਬ ਕਿ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ ਵੀ ਇਹਦੀ ਵਰਤੋਂ ਕਰ ਸਕਦੇ ਹਾਂ, ਬਸ਼ਰਤੇ ਕਿ ਜ਼ਿਆਦਾ ਡੋਜ਼ ਨਹੀਂ ਪਾਉਣੀ। ਅਤੇ ਇੱਕ ਇਹਦਾ ਇਹ ਹੁੰਦਾ ਕਿਸਾਨ ਵੀਰੋ ਕਿ ਜਦੋਂ ਆਪਾਂ ਇਹ ਦਵਾਈ ਪਾਉਂਦੇ ਹਾਂ ਸਪਰੇਅ ਕਰਦੇ ਹਾਂ, ਕਈ ਕਿਸਾਨ ਵੀਰ ਆ ਜਿਹੜੇ ਉਹਨੂੰ ਯੂਰੀਆ ਨਾਲ ਜਾਂ ਮਿੱਟੀ ਨਾਲ ਮਿਕਸ ਕਰਕੇ ਜਿਹੜਾ ਉਹ ਛਿੱਟਾ ਦੇ ਦਿੰਦੇ ਆ, ਕੰਮ ਇਹ ਦੋਨੋਂ ਤਰ੍ਹਾਂ ਹੀ ਕਰਦੀ ਹੈ, ਜੜ੍ਹਾਂ ਰਾਹੀਂ ਵੀ ਅਸਰ ਕਰਦੀ ਹੈ, ਪੱਤਿਆਂ ਰਾਹੀਂ ਵੀ ਕਰਦੀ ਹੈ, ਪਰ ਮੇਰੀ ਤੁਹਾਨੂੰ ਇਹੀ ਸਿਫਾਰਿਸ਼ ਹੈ ਕਿ ਆਪਾਂ ਨੂੰ ਸਪਰੇਅ ਹੀ ਕਰਨੀ ਚਾਹੀਦੀ ਕਿਸਾਨ ਵੀਰੋ, ਆਪਾਂ ਨੂੰ ਯੂਰੀਆ 'ਚ ਜਾਂ ਮਿੱਟੀ 'ਚ ਮਿਕਸ ਕਰਕੇ ਨਹੀਂ ਪਾਉਣੀ ਚਾਹੀਦੀ। ਕੰਮ ਉਵੇਂ ਵੀ ਕਰੋਗੇ ਪਰ ਜਿਹੜਾ ਸਪਰੇਅ ਵਾਲਾ ਤਰੀਕਾ ਸਹੀ ਹੈ, ਪਲੱਸ ਜਿਹੜੀ ਨੋਜ਼ਲ ਆਪਾਂ ਵਰਤਣੀ ਉਹ ਘੱਟ ਵਾਲੀ ਵਰਤਣੀ ਹੈ, ਦੂਜੀ ਕੋਨ ਟਾਈਪ ਨੋਜ਼ਲ ਨਹੀਂ ਵਰਤਣੀ। ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੈਗਾ ਪਾਣੀ ਆ ਜਿਹੜਾ ਆਪਾਂ 150 ਤੋਂ 200 ਲੀਟਰ ਤੱਕ ਪਾ ਸਕਦੇ ਹੈਗੇ ਹਾਂ, ਅਤੇ ਵਧੀਆ ਢੰਗ ਨਾਲ ਜਿਹੜੀ ਸਪਰੇਅ ਕਰਨੀ ਆ। ਆਪਾਂ ਜਿਹੜੇ ਹੈਗੇ ਆ ਇੱਕ ਖਿਆਲ ਰੱਖਣਾ ਕਿ ਜੇ ਮੌਸਮ ਖਰਾਬ ਲੱਗਦਾ, ਤੁਹਾਨੂੰ ਲੱਗਦਾ ਕਿ ਬਾਰਿਸ਼ ਅਚਾਨਕ ਆ ਸਕਦੀ ਹੈ, ਤਾਂ ਆਪਾਂ ਇਹਦੀ ਸਪਰੇਅ ਨਹੀਂ ਕਰਨੀ, ਕਿਉਂਕਿ ਜੇ ਆਪਾਂ ਸਪਰੇਅ ਕਰਨ ਸਾਰ ਬਾਰਿਸ਼ ਆ ਜਾਵੇ ਤਾਂ ਉਹਦੇ ਨਾਲ ਜਿਹੜੇ ਆਪਣੀ ਫਸਲ ਦਾ ਨੁਕਸਾਨ ਹੋ ਸਕਦਾ ਹੈਗਾ। ਸੋ ਉਹਦੇ ਨਾਲ ਜਿਹੜੀ ਫਸਲ ਨੂੰ ਟੋਕਸੀਸਿਟੀ ਆ ਸਕਦੀ ਹੈ। ਇੱਕ ਜਿਹੜੀ ਕੋਸ਼ਿਸ਼ ਇਹ ਕਰਨੀ ਆ ਕਿ ਪਾਣੀ ਲਾਉਣ ਤੋਂ ਆਪਾਂ 4-5 ਦਿਨ ਪਹਿਲਾਂ ਇਹਦੀ ਜਾਏ ਆਪਾਂ ਸਲਫੋਸਲਫੀਰੋਨ ਵਰਤਣਾ ਜਾਂ ਮੈਟਰੀਬਿਊਜ਼ਨ ਟੈਕਨੀਕਲ ਵਰਤਣਾ ਹੈਗਾ, ਅਤੇ ਇਹ ਜਿਹੜਾ 4-5 ਦਿਨ ਪਹਿਲਾਂ ਪਾਣੀ ਲਾਉਣ ਤੋਂ ਤੁਸੀਂ ਜਿਹੜਾ ਕਰ ਸਕਦੇ ਹੋ, ਅਤੇ ਉਦੋਂ ਬਾਅਦ ਜਿਹੜਾ ਹਲਕਾ ਪਾਣੀ ਆਪਾਂ ਲਾਉਣਾ ਹੈਗਾ, ਭਾਰਾ ਪਾਣੀ ਨਹੀਂ ਲਾਉਣਾ ਹੈਗਾ। ਪਹਿਲਾ ਪਾਣੀ ਵੈਸੇ ਵੀ ਆਪਾਂ
ਹਲਕਾ ਹੀ ਲਾਉਣਾ ਹੁੰਦਾ ਹੈ, ਕਿਉਂਕਿ ਜੇ ਭਾਰਾ ਪਾਣੀ ਲਾਵਾਂਗੇ ਉਹਦੇ ਨਾਲ ਜਿਹੜੀ ਹੈਗੀ ਕਣਕ ਦੀ ਗਰੋਥ 'ਤੇ ਵੀ ਸਮੱਸਿਆ ਆਉਂਦੀ ਹੈ, ਅਤੇ ਜਿਹੜੀ ਹੈਗੀ ਹੈ ਦਵਾਈ ਹੈ ਅਦਰੀ ਨਾਸ਼ਕ ਆਪਾਂ ਵਰਤੀ ਆ ਉਹਦਾ ਅਸਰ ਵੀ ਘੱਟ ਜਾਂਦਾ ਜੇ ਭਾਰਾ ਪਾਣੀ ਲਾ ਦਈਏ, ਅਤੇ ਇੱਕ ਸਪਰੇਅ ਕਾਰਨ ਸਾਰ ਪਾਣੀ ਨਹੀਂ ਲਾਉਣਾ, ਉਹਦੇ ਨਾਲ ਜਿਹੜੀ ਟੋਕਸੀਸਿਟੀ ਆ ਜਾਂਦੀ ਹੈ ਉਲਟ ਹੋ ਜਾਂਦਾ ਕੰਮ। ਸੋ ਇਹਦੇ ਕਰਕੇ ਜਿਹੜਾ ਹੈਗਾ ਇਹ ਗੱਲਾਂ ਦਾ ਖਿਆਲ ਰੱਖਣਾ ਹੈਗਾ। ਅਤੇ ਜਿਹੜੀਆਂ ਇਹ ਮੈਟਰੀਬਿਊਜ਼ ਵਾਲੀਆਂ ਦੂਜੀਆਂ ਪੋਸਟ ਐਮਰਜੈਂਸ ਦਵਾਈਆਂ ਨੇ ਮੈਂ ਤੁਹਾਨੂੰ ਦੁਬਾਰਾ ਫਿਰ ਦੱਸ ਦਿੰਦਾ, ਅਕੋਰਡ ਪਲੱਸ ਆ ਕਿਸਾਨ ਵੀਰੋ, ਇਹ ਆਪਾਂ 30 ਤੋਂ 35 ਦਿਨ ਬਿਜਾਈ ਤੋਂ 30 ਤੋਂ 35 ਦਿਨ ਦੇ ਅੰਦਰ ਅੰਦਰ ਜਿਹੜੀਆਂ ਸਪਰੇਆਂ ਕਰਨੀਆਂ ਹੁੰਦੀਆਂ। ਗੁੱਲੀ ਡੰਡਾ ਆਪਾਂ ਜਿਹੜਾ 3-4 ਪੱਤੇ ਦੀ ਸਟੇਜ ਤੋਂ ਵੱਡਾ ਨਹੀਂ ਹੋਣ ਦੇਣਾ ਕਿਸਾਨ ਵੀਰੋ, ਸੋ ਜੇ ਉਹ ਵੱਡਾ ਹੋ ਜਾਏ ਤਾਂ ਉਦੋਂ ਬਾਅਦ ਜਿਹੜਾ ਹੈਗਾ ਆਪਾਂ ਨੂੰ ਵਾਰ ਵਾਰ ਸਪਰੇਅ ਕਰਨੀ ਪੈਂਦੀ ਹੈ, ਕਿਉਂਕਿ ਜੇ ਜ਼ਮੀਨ ਦੇ ਵਿੱਚ ਸੈੱਲ ਰੋ ਜਦੋਂ ਆਪਾਂ ਪਾਣੀ ਦਿੰਦੇ ਹਾਂ ਤਾਂ ਉਹਦੇ ਨਾਲ ਫਿਰ ਗਰੋਥ ਸ਼ੁਰੂ ਕਰ ਦਿੰਦਾ ਹੈਗਾ। ਉਹਨਾਂ ਦੇ ਵਿੱਚ ਕਿਸਾਨ ਵੀਰੋ ਅਕੋਰਡ ਪਲੱਸ ਜੀ ਇਹ ਆਪਾਂ 10 ਲੀਟਰ ਪ੍ਰਤੀ ਏਕੜ, ਸ਼ਗਨ 21-11 ਇਹ 200 ਗ੍ਰਾਮ ਪ੍ਰਤੀ ਏਕੜ ਕਰ ਸਕਦੇ ਹਾਂ। ਕਲਡੀਨੋਫੋ ਪਲੱਸ ਮੈਟਰੀਬਿਊਜ਼ਨ ਹੁੰਦਾ ਇਹ 'ਚ, ਇਹ ਆਪਾਂ ਪਰ 550 ਜਿੱਥੇ ਕਿਸਮ ਬਿਜਾਈ ਕੀਤੀ ਹੈ ਉੱਥੇ ਆਪਾਂ ਅਕੋਰਡ ਪਲੱਸ ਜਾਂ ਸ਼ਗਨ 21-11 ਦੀ ਵਰਤੋਂ ਨਹੀਂ ਕਰਨੀ ਹੈਗੀ। ਅਤੇ ਹਲਕੀਆਂ ਜ਼ਮੀਨਾਂ 'ਚ ਵੀ ਜਿਹੜੀ ਹੈਗੀ ਸ਼ਗਨ 21-11 ਦੀ ਵਰਤੋਂ ਨਹੀਂ ਕਰਨੀ। ਜਿਹੜਾ ACM-9 ਆ ਜਿਹਦੇ ਵਿੱਚ ਕਲਡੀਨੋਫੋ ਪਲੱਸ ਮੈਟਰੀਬਿਊਜ਼ਨ ਆ, ਉਹ ਆਪਾਂ 240 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 30 ਤੋਂ 35 ਦਿਨ ਦੇ ਅੰਦਰ ਅੰਦਰ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਦੀ ਸਪਰੇਅ ਕਰ ਸਕਦੇ ਹਾਂ। ਇਹ ਜਿਹੜੀਆਂ ਦਵਾਈਆਂ ਆਪਾਂ ਤਾਂ ਵਰਤਣੀਆਂ ਜੇ ਆਪਣਾ ਜਿਹੜਾ ਹੈਗਾ ਲੀਡਰ ਆ ਜਾਂ ਟੋਪਿਕ ਆ ਜਾਂ ਜਿਹੜਾ ਹੈਗਾ ਪਿਊਮਾ ਸੁਪਰ ਜਾਂ ਪਿਊਮਾ ਪਾਵਰ ਆ ਜਾਂ ਜਿਹੜੀ ਮੈਟਰੀਬਿਊਜ਼ਨ ਟੈਕਨੀਕਲ ਆ, ਜੇ ਇਕੱਲਾ ਜੇ ਕੰਮ ਨਾ ਕਰਦਾ ਹੋਵੇ ਤਾਂ ਉੱਥੇ ਆਪਾਂ ਜਿਹੜਾ ਬਦਲ ਕੇ ਇਹ ਗਰੁੱਪ ਕਰ ਸਕਦੇ ਹੈਗੇ ਹਾਂ। ਹਰ ਵਾਰੀ ਆਪਾਂ ਨੂੰ ਜਿਹੜਾ ਸਲਫੋ ਸਲਫੀਰੋਨ ਜਾਂ ਜਿਹੜਾ ਹੈਗਾ ਕਲਡੀਨਾਫੋਪ, ਇਹ ਜਿਹੜੇ ਟੈਕਨੀਕਲ ਆਪਾਂ ਨੂੰ ਬਦਲ ਕੇ ਵਰਤਣੇ ਚਾਹੀਦੇ ਕਿਸਾਨ ਵੀਰੋ। ਇਸ ਤਰ੍ਹਾਂ ਨਾਲੇ ਤਾਂ ਜਿਹੜੀ ਗੁੱਲੀ ਡੰਡੇ ਦੇ ਵਿੱਚ ਜਿਹੜੀ ਹੈਗੀ ਰਜਿਸਟੈਂਸ ਨਹੀਂ ਆਉਂਦੀ ਹੈਗੀ, ਅਤੇ ਨਾਲੇ ਆਪਾਂ ਨੂੰ ਜਿਹੜੀ ਹੈਗੀ ਘੱਟ ਡੋਜ਼ ਦੇ ਨਾਲ ਜਿਹੜਾ ਹੈਗਾ ਵਧੀਆ ਅਸਰ ਮਿਲ ਜਾਂਦਾ ਹੈਗਾ। ਜਿਹੜਾ ACM-9 ਆ ਇਹ ਵੀ ਆਪਾਂ ਜਿਹੜਾ ਹੈਗਾ ਜਿੱਥੇ 550 ਕਿਸਮ ਬੀਜੀ ਆ ਜਾਂ ਹਲਕੀਆਂ ਜ਼ਮੀਨਾਂ ਉੱਥੇ ਆਪਾਂ ਇਹ ਦਵਾਈ ਦੀ ਵਰਤੋਂ ਨਹੀਂ ਕਰਨੀ। ਅਤੇ ਪਲੱਸ ਜਿੱਥੇ ਆਪਾਂ ਕਣਕ ਦੇ ਵਿੱਚ ਗੋਭੀ, ਸਰੋਂ, ਰਾਇਆ, ਛੋਲੇ ਜਾਂ ਹੋਰ ਚੌੜੀ ਪੱਤੀ ਵਾਲੀ ਫਸਲ ਬੀਜੀ ਹੈ ਉੱਥੇ ਜਿਹੜਾ ਹੈਗਾ ਆਪਾਂ ਜਿਹੜੀ ਸਲਫੋ ਸਲਫੀਰੋਨ ਜਿਹੜਾ ਲੀਡਰ ਟੈਕਨੀਕਲ ਆ ਜਾਂ ਜਿਹੜਾ ਹੈਗਾ ਇਹਦੀ ਮੈਟਰੀਬਿਊਜ਼ਨ ਦੀ ਵੀ ਕੋਸ਼ਿਸ਼ ਕਰੋ ਜਿਹੜੀ ਹੈਗੀ ਆ ਵਰਤੋਂ ਆਪਾਂ ਨਾ ਕੀਤੀ ਜਾਵੇ ਤਾਂ, ਕਿਉਂਕਿ ਜਿਹੜੀ ਉੱਥੇ ਆਪਾਂ ਸਿਰਫ ਜਿਹੜਾ ਹੈਗਾ ਟੋਪਿਕ ਦੀ ਜਾਂ ਪਿਊਮਾ ਪਾਵਰ ਦੀ ਇਹਨਾਂ ਇਸ ਤਰ੍ਹਾਂ ਦੇ ਕੀਟਨਾਸ਼ਕ ਜਿਹੜੇ ਉਹ ਵਰਤਣ ਦੀ ਕੋਸ਼ਿਸ਼ ਕਰੋ। ਜਿਹੜਾ ਹੈਗਾ ਮੈਟਰੀਬਿਊਜ਼ਨ ਦਾ ਵੈਸੇ ਤਾਂ ਕੋਈ ਮਾੜਾ ਅਸਰ ਨਹੀਂ ਹੁੰਦਾ, ਪਰ ਫਿਰ ਵੀ ਆਪਾਂ ਨੂੰ ਜਿਹੜਾ ਹੈਗਾ ਗ੍ਰੇਜ਼ ਕਰਨਾ ਚਾਹੀਦਾ। ਸੋ ਜਿਹੜਾ ਹੈਗਾ ਇਸ ਤੋਂ ਇਲਾਵਾ ਜਿਹੜਾ ਜੇ ਆਪਾਂ ਮੈਟਰੀਬਿਊਜ਼ਨ ਦੇ ਵਿੱਚ ਗੱਲ ਕਰੀਏ ਕਿਸਾਨ ਵੀਰੋ, ਜਿਹੜਾ ਮੈਟਰੀਬਿਊਜ਼ਨ ਦੇ ਵਿੱਚ ਉਹਦੇ ਮੋਡ ਆਫ ਐਕਸ਼ਨ ਕੀ ਆ ਕਿ ਜਿਹੜਾ ਹੈਗਾ ਜੜ੍ਹ ਰਾਹੀਂ ਵੀ ਇਹਨੂੰ ਬੂਟੇ ਲੈ ਲੈਂਦੇ ਆ, ਅਤੇ ਪੱਤਿਆਂ ਰਾਹੀਂ ਵੀ ਜਦੋਂ ਆਪਾਂ ਸਪਰੇਅ ਕਰਦੇ ਹਾਂ ਉਹਦੇ ਪੱਤਿਆਂ ਰਾਹੀਂ ਵੀ ਜਿਹੜੀ ਹੈਗੀ ਮੈਟਰੀਬਿਊਜ਼ਨ ਜਿਹੜੀ ਅਸਰ ਕਰ ਜਾਂਦੀ ਹੈਗੀ ਆ। ਇਹ ਜਿਹੜੀ ਫੋਟੋ ਸਿੰਥੈਸਿਸ ਪ੍ਰੋਸੈਸ ਆ ਜਿਹੜਾ ਬੂਟੇ ਨੇ ਭੋਜਨ ਤਿਆਰ ਕਰਨਾ ਹੁੰਦਾ ਸੂਰਜ ਦੀ ਰੋਸ਼ਨੀ ਦੇ ਵਿੱਚ, ਸੋ ਉਹਨੂੰ ਜਿਹੜਾ ਹੈਗਾ ਰੋਕਦੀ ਹੈਗੀ, ਜਿਹਦੇ ਨਾਲ ਜਿਹੜੇ ਹੈਗੇ ਬੂਟਿਆਂ ਦੀ ਗਰੋਥ ਰੁਕ ਜਾਂਦੀ ਅਤੇ ਬੂਟੇ ਜਿਹੜੇ ਹੈਗੇ ਆ ਮਰ ਜਾਂਦੇ ਹੈਗੇ ਆ। ਜੇ ਆਪਾਂ ਗੱਲ ਕਰੀਏ ਡੋਜ਼ ਦੀ ਕਿਸਾਨ ਵੀਰੋ, ਆਪਾਂ ਨੂੰ ਜਿਹੜਾ ਹੈਗਾ 80 ਗ੍ਰਾਮ ਤੋਂ ਲੈ ਕੇ 100 ਗ੍ਰਾਮ ਤੱਕ ਵੱਧ ਤੋਂ ਵੱਧ ਜਿਹੜੀ ਪ੍ਰਤੀ ਏਕੜ ਵਰਤੋਂ ਕਰਨੀ ਚਾਹੀਦੀ ਹੈ ਮੈਟਰੀਬਿਊਜ਼ਨ ਦੀ। ਜੇ ਇਕੱਲਾ ਵਰਤਣਾ ਤਾਂ ਆਪਾਂ ਜੇ ਥੋੜ੍ਹੀ ਜਿਹੀ ਗੁੱਲੀ ਡੰਡੇ ਦੀ ਸਮੱਸਿਆ ਜ਼ਿਆਦਾ ਤਾਂ 110-120 ਗ੍ਰਾਮ ਤੱਕ ਪਾ ਸਕਦੇ ਹਾਂ, ਪਰ ਬਹੁਤ ਹੀ ਜ਼ਿਆਦਾ ਡੋਜ਼ ਪਾਉਣ ਤੋਂ ਆਪਾਂ ਨੂੰ ਗਰੇਜ਼ ਹੀ ਕਰਨਾ ਚਾਹੀਦਾ ਹੈਗਾ, ਕਿਉਂਕਿ ਜੇ ਜ਼ਿਆਦਾ ਡੋਜ਼ ਪਾਵਾਂਗੇ ਤਾਂ ਆਪਣੀ ਫਸਲ ਦਾ ਨੁਕਸਾਨ ਹੋ ਜਾਂਦਾ। ਰੇਤਾ ਮਿੱਟੀ ਦੇ ਵਿੱਚ ਰਲਾ ਕੇ ਜਾਂ ਯੂਰੀਆ ਵਿੱਚ ਰਲਾ ਕੇ ਪਾਉਣ ਤੋਂ ਗਰੇਜ਼ ਕਰੋ, ਅਸਰ ਵਧੀਆ ਮਿਲੂਗਾ ਕੋਈ ਸ਼ੱਕ ਨਹੀਂ। ਪਰ ਜੇ ਤੁਸੀਂ ਸਪਰੇਅ ਕਰੋ ਤਾਂ ਪੱਤਿਆਂ ਰਾਹੀਂ ਅਤੇ ਜਿਹੜਾ ਜੜ੍ਹਾਂ ਰਾਹੀਂ ਬਹੁਤ ਵਧੀਆ ਰਿਜ਼ਲਟ ਆਪਾਂ ਨੂੰ ਮਿਲੂਗਾ। ਜੇ ਤੁਸੀਂ ਮਿਕਸ ਕਰਕੇ ਥੱਲੇ ਛਿੱਟਾ ਇਕੱਲਾ ਦਿੰਦੇ ਹਾਂ ਤਾਂ ਉਹਦੇ ਨਾਲ ਜਿਹੜਾ ਹੈਗਾ ਆਪਾਂ ਨੂੰ ਹੋ ਸਕਦਾ ਵਧੀਆ ਰਿਜ਼ਲਟ ਨਾ ਮਿਲੇ, ਜਾਂ ਜਿਹੜਾ ਆਪਾਂ ਬਾਅਦ 'ਚੋਂ ਜੇ ਬਾਰਿਸ਼ ਹੁੰਦੀ ਆ ਜਾਂ ਆਪਾਂ ਭਾਰਾ ਪਾਣੀ ਲਾ ਦਿੰਦੇ ਹਾਂ ਤਾਂ ਜੜ੍ਹਾਂ ਦੇ ਵਿੱਚ ਜ਼ਿਆਦਾ ਜਿਹੜੀ ਟੋਕਸੀਸਿਟੀ ਆਉਣ ਦੇ ਜਿਹੜੇ ਚਾਂਸ ਰਹਿ ਜਾਂਦੇ, ਕਿਉਂਕਿ ਜਿਹੜੀ ਸਪਰੇਅ ਆ ਉਹਦੇ ਵਿੱਚ ਆਪਾਂ ਡਿਲਿਊਟ ਕਰਕੇ ਉਹਦੀ ਜਿਹੜੀ ਸਪਰੇਅ ਕਰਨੀ ਹੁੰਦੀ ਆ। ਇੱਕ ਜ਼ਿਆਦਾ ਡੋਜ਼ ਨਹੀਂ ਆਪਾਂ ਵਰਤਣੀ ਕਿਸਾਨ ਵੀਰੋ, ਜੇ ਆਪਾਂ ਜ਼ਿਆਦਾ ਡੋਜ਼ ਵੀ ਪਾਉਂਦੇ ਹਾਂ ਉਹਦੇ ਨਾਲ ਜਿਹੜੀ ਹੈਗੀ ਹੈ ਜ਼ਮੀ ਫਸਲ ਨੂੰ ਵੱਧ ਟੋਕਸੀਸਿਟੀ ਆ ਜਾਂਦੀ ਹੈ, ਗਰੋਥ ਰੁਕ ਜਾਂਦੀ, ਪਲੱਸ ਜਿਹੜੀ ਹੈਗੀ ਗੁੱਲੀ ਡੰਡੇ ਦੇ ਵਿੱਚ ਰਜਿਸਟੈਂਸ ਵੀ ਆ ਜਾਂਦੀ ਹੈਗੀ ਹੈ। ਸੋ ਇਸ ਤੋਂ ਇਲਾਵਾ ਇਹ 'ਚ ਮੈਂ ਤੁਹਾਨੂੰ ਜਿਹੜਾ ਮੇਨ ਸਿਨਕੋਰ ਜਿਹੜੀ ਹੈਗੀ ਮੈਟਰੀਬਿਊਜ਼ਨ ਬਾਰੇ ਕਿਸਾਨ ਵੀਰਾਂ ਜਿਹੜਾ ਸੀਗਾ ਉਹਦੇ ਬਾਰੇ ਜਿਹੜੀ ਜਾਣਕਾਰੀ ਸਾਂਝੀ ਕਰਨੀ ਸੀ, ਤੁਹਾਨੂੰ ਜਿਹੜੀਆਂ ਦਵਾਈਆਂ ਵੀ ਦੱਸਤੀਆਂ ਕੀਟਨਾਸ਼ਕ ਜਿਹਨਾਂ ਦੇ ਵਿੱਚ ਮੈਟਰੀਬਿਊਜ਼ਨ ਟੈਕਨੀਕਲ ਹੋਰ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਸਿਫਾਰਿਸ਼ ਹੈ। ਹੋਰ ਤੁਹਾਡਾ ਸਵਾਲ ਹੋਵੇ ਸੁਝਾਅ ਹੋਵੇ ਜ਼ਰੂਰ ਦੱਸਿਓ, ਵੀਡੀਓ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ। ਕਿਸਾਨ ਵੀਰ ਬਹੁਤ ਬਹੁਤ ਧੰਨਵਾਦ।